ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਯੂਟਿਊਬ ਵਾਲੇ ਵੀਰਾਂ ਭੈਣਾਂ ਨੂੰ, ਆਸ ਕਰਦੇ ਹਾਂ ਕਿ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ। ਅਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ। ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੇਪਰਾਂ ਬਾਰੇ ਕਿ ਨਵੇਂ ਪੇਪਰ ਕਦੋਂ ਅਪਣਾਉਣੇ ਆ, ਕਿਉਂਕਿ ਬੜੇ ਵੀਰਾਂ ਭਰਾਵਾਂ ਦੇ ਮੈਸੇਜ ਆ ਰਹੇ ਆ ਕਿ ਨਵੇਂ ਪੇਪਰ ਕਦੋਂ ਅਪਣਾਉਣੇ, ਉਸ ਬਾਰੇ ਕੁਝ ਜਾਣਕਾਰੀ ਦਿਓ ਕੀ ਡੇਟ ਆ ਜੀ, ਕੀ ਹਿਸਾਬ ਕਿਤਾਬ ਚੱਲ ਰਿਹਾ। ਕਈ ਪਲਾਸੇ ਤਾਂ ਡੇਟਾਂ ਵੀ ਦੇ ਦਿੱਤੀਆਂ ਉਹਨਾਂ ਨੇ ਕਿ ਪੇਪਰ ਜਿਹੜੇ ਆ ਅਕਤੂਬਰ 'ਚ ਅਪਣਾਉਣੇ ਆ, ਨਵੰਬਰ 'ਚ ਅਪਣਾਉਣੇ ਆ। ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਿੱਥੇ ਕਿੱਥੇ ਜਿਹੜੇ ਆਪਾਂ ਕਹਿ ਦਈਏ ਕਿ ਜਿਹੜੇ ਪੇਪਰ ਵਾ ਕਦੋਂ ਓਪਨ ਹੋਣੇ, ਇਸ ਟੋਪਿਕ ਬਾਰੇ ਆਪਾਂ ਗੱਲ ਕਰਾਂਗੇ। ਕਿਉਂਕਿ ਆਪਾਂ ਹਰ ਵੀਡੀਓ 'ਚ ਗੱਲ ਕਰਦੇ ਹਾਂ ਅਪੁਆਇੰਟਮੈਂਟਾਂ ਬਾਰੇ, ਉਹ ਮਿਲੀ ਜਾਂਦੀਆਂ ਵਾ ਨਹੀਂ ਮਿਲੀ ਜਾਂਦੀਆਂ, ਜਾਂ ਆਪਾਂ ਕਿਹੜੇ ਪੇਪਰ ਨਿਕਲੀ ਜਾਂਦੇ ਆ ਨਹੀਂ ਨਿਕਲਣ ਦੇ, ਕਈਆਂ ਦੇ ਨੂਲੇ ਉਸ 'ਚ ਪ੍ਰੋਬਲਮ ਆ ਗਈ ਇੱਦਾਂ ਉੱਦਾਂ ਬਾਕੀ। ਪਰ ਕਈ ਵੀਰ ਭਰਾ ਇਹ ਵੀ ਹੈਗੇ ਜਿਹੜੇ ਨਵੇਂ ਜੁੜੇ ਆਪਣੇ ਨਾਲ, ਪੇਪਰ ਉਹਨਾਂ ਨੇ ਭਰਨੇ ਆ ਇਸ ਸਾਲ, ਅਤੇ ਉਹ ਵੇਟ ਕਰ ਰਿਹਾ ਕਿ ਪੇਪਰ ਕਦੋਂ ਓਪਨ ਹੋਣੇ ਆ। ਇਸ ਟੋਪਿਕ ਬਾਰੇ ਆਪਾਂ ਗੱਲ ਕਰਾਂਗੇ ਕਿ ਪੇਪਰ ਕਦੋਂ ਓਪਨ ਹੋਣੇ ਆ ਅਤੇ ਕੀ ਹਿਸਾਬ ਕਿਤਾਬ ਹੋਊਗਾ। ਜ਼ਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਹਾਂ ਵੀਡੀਓ ਸਟਾਰਟ। ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਨਾਲ ਹੀ ਬੈਲ ਆਈਕੋਨ ਨੂੰ ਵੀ ਆਲ 'ਤੇ ਸੈੱਟ ਕਰ ਲਵੋ, ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ, ਅਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਅਤੇ ਕੁਝ ਸਿਖਾ ਸਕੋ। ਅਤੇ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ, ਜਾ ਕੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਲਵੋ, ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ। ਅਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੇ, ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ। ਲਓ ਵੀ ਫਿਰ ਕਰਦੇ ਹਾਂ ਵੀਡੀਓ ਸਟਾਰਟ, ਪੇਪਰਾਂ ਬਾਰੇ ਆਪਾਂ ਗੱਲ ਕਰਾਂਗੇ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਪਿਛਲੇ ਸਾਲ ਪੇਪਰ ਓਪਨ ਹੋਏ ਸੀ, ਮਾਰਚ 'ਚ ਪੇਪਰ ਓਪਨ ਹੋਏ ਸੀ 2024 ਦੇ, ਕਿਉਂਕਿ ਤੁਹਾਨੂੰ ਪਤਾ ਨੋਰਮਲੀ ਗੱਲ ਵਾ ਇਟਲੀ ਸਰਕਾਰ ਨੇ 2023, 2024, 2025 ਦੇ ਕੋਟੇ ਪਹਿਲਾਂ ਹੀ ਲਾਂਚ ਕਰ ਦਿੱਤੇ ਸੀ ਕਿ 3 ਸਾਲ ਲਗਾਤਾਰ ਪੇਪਰ ਓਪਨ ਹੋਣਗੇ, ਅਤੇ ਇਹ ਕੋਟੇ ਵਾ। ਅਤੇ ਪਰ ਕਈ ਵਾਰ ਉਹਨਾਂ ਨੇ ਕੋਟੇ ਵਧਾ ਵੀ ਦਿੱਤੇ ਆ, ਡੇਟਾਂ ਵੀ ਫਿਕਸ ਕੀਤੀਆਂ ਸੀ ਪਰ ਡੇਟਾਂ ਵੀ ਚੇਂਜ ਕਰਦੇ ਰਹੇ, ਅਤੇ ਇਸ ਵਾਰ ਦੀ ਡੇਟ ਵਾ ਉਹ ਵੀ ਫਿਕਸ ਉਹਨਾਂ ਨੇ, ਮਤਲਬ ਕਿ ਫਿਕਸ ਨਹੀਂ ਕੀਤੀ, ਉਂਝ ਆਪਾਂ ਕਹਿ ਲਈਏ ਕਿ ਕਿਹਾ ਜਾ ਰਿਹਾ ਜਿਵੇਂ ਪਿਛਲੇ ਸਾਲ ਪੇਪਰ ਓਪਨ ਹੋਣੇ ਸੀ ਪਹਿਲਾਂ ਫਰਵਰੀ 'ਚ, ਬਾਅਦ 'ਚ ਉਹਨਾਂ ਨੇ ਚੇਂਜ ਕਰਤੇ ਕਰਤੇ ਮਾਰਚ ਵਿੱਚ। ਇਸ ਵਾਰ ਵੀ ਪੇਪਰ ਦੇ ਜਿਹੜੇ ਇਸ ਟਾਈਮ ਤੱਕ ਜਿਹੜੀ ਡੇਟ ਆ ਉਹ ਫਰਵਰੀ ਵਿੱਚ ਹੀ ਆ ਰਹੀ ਹੈ ਕਿ ਫਰਵਰੀ ਵਿੱਚ ਪੇਪਰ ਓਪਨ ਹੋਣਗੇ। 27 ਮਾਰਚ ਆਪਾਂ ਜਿਵੇਂ ਪਿਛਲੇ ਸਾਲ 27 ਮਾਰਚ ਨੂੰ ਪੇਪਰ ਓਪਨ ਹੋਏ ਸੀ, ਇਸ ਵਾਰ ਪੇਪਰ ਓਪਨ ਹੋਣਗੇ ਫਰਵਰੀ ਦੇ ਵਿੱਚ, ਠੀਕ ਆ। ਭਾਵੇਂ ਉਹ 9 ਮੰਥ ਵਾਲੇ ਹੋਣ, ਭਾਵੇਂ ਉਹ ਸਾਲ ਵਾਲੇ ਹੋਣ, ਅਤੇ ਭਾਵੇਂ ਉਹ ਡੋਮੈਸਟਿਕ ਪੇਪਰ ਹੋਣ, ਤਿੰਨੇ ਪੇਪਰ ਓਪਨ ਹੋਣੇ ਆ, ਠੀਕ ਆ। ਹੁਣੇ ਜਿਵੇਂ ਪਿਛਲੇ ਸਾਲ ਵੀ 27 ਮਾਰਚ 29 ਮਾਰਚ ਇੱਦਾਂ ਪੇਪਰ, ਮਤਲਬ ਕਿ ਇੱਕ ਦਿਨ ਉਹ ਪੇਪਰ ਓਪਨ ਹੋਣਗੇ 9 ਮੰਥ ਵਾਲੇ, ਇੱਕ ਦਿਨ ਸਾਲ ਵਾਲੇ ਪੇਪਰ ਓਪਨ ਹੋਣਗੇ, ਅਤੇ ਇੱਕ ਦਿਨ ਹੋਣਗੇ ਡੋਮੈਸਟਿਕ ਪੇਪਰ। ਪਰ ਇਹਦੀ ਡੇਟ ਆਪਾਂ ਕਹਿ ਲਈਏ ਫਿਕਸ ਨਹੀਂ ਹਲੇ, ਆਪਾਂ ਕਹਿ ਲਈਏ ਕਿ ਆਪਾਂ ਕਹਿ ਨਹੀਂ ਹਲੇ ਪੱਕੇ ਵੀ ਆਹੋ ਡੇਟ ਆ, ਜਾਂ ਆਪਾਂ ਕਹਿ ਲਈਏ ਕਿ 19 ਫਰਵਰੀ ਹੈ ਜਾਂ 20 ਫਰਵਰੀ ਹੈ, ਇਹ ਆਪਾਂ ਹਾਲੇ ਨਹੀਂ ਕਹਿ ਸਕਦੇ, ਕਿਉਂਕਿ ਨੋਰਮਲੀ ਗੱਲ ਆ ਉੱਪਰ ਥੱਲੇ ਡੇਟਾਂ ਹੁੰਦੀਆਂ ਰਹਿੰਦੀਆਂ, ਜਿਹੜੀ ਕਨਫਰਮੇਸ਼ਨ ਡੇਟ ਆਊਗੀ ਉਹ ਹਲੇ ਨਹੀਂ ਆਈ, ਉਹ ਜਦੋਂ ਹੀ ਆਊਗੀ ਆਪਾਂ ਤੁਹਾਨੂੰ ਦੱਸਾਂਗੇ ਕਦੋਂ ਜਿਹੜੀ ਆ ਪੇਪਰ ਓਪਨ ਹੋਣੇ ਆ, ਕਿੰਨੇ ਵਜੇ ਦਾ ਟਾਈਮ ਆ। ਇਹ ਸਾਰੇ ਟੋਪਿਕਾਂ ਬਾਰੇ ਆਪਾਂ ਗੱਲ ਕਰਾਂਗੇ ਜਦੋਂ ਇਹ ਡੇਟ ਆਊਗੀ, ਪਰ ਹਾਲੇ ਜਿਹੜਾ ਅੰਦਾਜ਼ਾ ਲਗਾਇਆ ਜਾ ਰਿਹਾ ਵਾ ਉਹ ਇਹ ਕਿਹਾ ਜਾ ਰਿਹਾ ਵਾ ਕਿ ਫਰਵਰੀ ਵਿੱਚ ਪੇਪਰ ਓਪਨ ਹੋਣਗੇ, 2025 ਦੇ ਦੂਜੇ ਮਹੀਨੇ ਵਿੱਚ ਪੇਪਰ ਓਪਨ ਹੋਣਗੇ। ਜਿਵੇਂ ਪਿਛਲੇ ਸਾਲ 2025 ਵਿੱਚ ਪੇਪਰ ਓਪਨ ਹੋਣੇ ਸੀ, ਪਰ ਬਾਅਦ ਵਿੱਚ ਉਹਨਾਂ ਨੇ ਥੋੜ੍ਹਾ ਜਿਹਾ ਸਿਸਟਮ ਚੇਂਜ ਕਰਕੇ ਆਪਾਂ ਕਹਿ ਲਈਏ ਕਿ ਪੇਪਰ ਜਿਹੜੇ ਆ ਮਾਰਚ 'ਚ ਓਪਨ ਕੀਤੇ, 27 ਮਾਰਚ ਨੂੰ ਪੇਪਰ ਓਪਨ ਹੋਏ ਸੀ ਪਿਛਲੀ ਵਾਰ 9 ਮੰਥ ਵਾਲੇ, ਅਤੇ ਇਸ ਵਾਰ ਵੀ ਪੇਪਰ ਫਰਵਰੀ 'ਚ ਓਪਨ ਹੋਣੇ ਆ, ਬਾਕੀ ਜੇਕਰ ਉਹ ਚੇਂਜ ਨਾ ਕਰਨ। ਪਰ ਦੂਜੀ ਗੱਲ ਆਪਾਂ ਵੀ ਕਹਿ ਲਈਏ, ਦੂਜੀ ਗੱਲ ਤੁਹਾਨੂੰ ਪਤਾ ਹੁਣ ਸਰਕਾਰ ਦੀ ਮੀਟਿੰਗ ਕੀਤੀ ਆ ਸਰਕਾਰ ਨੇ, ਠੀਕ ਆ, ਅਤੇ ਕੁਝ ਨਵੀਆਂ ਮੰਗਾਂ ਰੱਖੀਆਂ ਗਈਆਂ ਵਾ, ਕੋਟਾ ਆਪਾਂ ਕਹਿ ਲਈਏ ਅਨਲਿਮਿਟਡ ਕੋਟੇ ਵਾਲੀ ਮੀਟਿੰਗ ਕੀਤੀ ਗਈ ਹੈ ਕਿ ਆ ਕੋਟੇ ਵਾਲਾ ਕੰਮ ਬੰਦ ਕੀਤਾ ਜਾਵੇ, ਕਲਿੱਕ ਡੇਟ ਵਾਲਾ ਕੰਮ ਬੰਦ ਕੀਤਾ ਜਾਵੇ, ਵੀ ਕਲਿੱਕ ਡੇਟ ਵਧਾਏ ਜਾਣ, ਜਾਂ ਆਪਾਂ ਕਹਿ ਲਈਏ 1 ਤੋਂ 2 ਹੋ ਜਾਣ, ਜਾਂ 2 ਤੋਂ 3 ਹੋ ਜਾਣ ਕਲਿੱਕ ਡੇਟ।
ਮਤਲਬ ਕਿ ਜਿਨ੍ਹਾਂ ਵੀਰਾਂ ਭਰਾਵਾਂ ਨੇ ਹੋਰ ਟਰਾਈ ਕਰਨੀ ਪੇਪਰ ਭਰਨ ਦੀ, ਜਿਹਨਾਂ ਕੋਲ ਭਰੇ ਨਹੀਂ ਜਾਂਦੇ ਪੇਪਰ ਉਹ ਵੀ ਪੇਪਰ ਭਰ ਸਕਣ, ਕਿਉਂਕਿ ਸਾਲ ਬਾਅਦ ਤਾਂ ਵਾਰੀ ਆਉਂਦੀ ਇੱਕ ਵਾਰੀ, ਅਤੇ ਕਈ ਵੀਰ ਭਰਾ ਪੇਪਰ ਭਰੇ ਨਹੀਂ ਜਾਂਦੇ ਆ ਕਿਉਂਕਿ ਸਾਈਡ ਹੀ ਇੰਨੀ ਬਲੋਕ ਹੋ ਜਾਂਦੀ ਆ। ਨੋਰਮਲੀ ਗੱਲ ਵਾ, ਇੰਡੀਆ ਦਾ ਪੇਪਰ ਭਰੇ ਜਾਂਦੇ ਆ, ਬੰਗਲਾਦੇਸ਼ ਦਾ ਪੇਪਰ ਭਰੇ ਜਾਂਦੇ ਆ, ਪਾਕਿਸਤਾਨ ਦਾ ਪੇਪਰ ਭਰੇ ਜਾਂਦੇ ਆ, ਅਫਰੀਕਾ ਦਾ ਪੇਪਰ ਭਰੇ ਜਾਂਦੇ, ਹੋਰ ਵੀ ਕਈ ਕੰਟਰੀਆਂ ਪੇਪਰ ਭਰੇ ਜਾਂਦੇ, ਜਿਸ ਕਰਕੇ ਜਿਹੜੀ ਵਾ ਉਹ ਜਦੋਂ ਸਾਈਡ ਖੁੱਲ੍ਹਦੀ ਆ ਤੜਕੇ 9 ਵਜੇ ਜਾਂ ਜਿੰਨੇ ਵਜੇ ਵੀ ਖੁੱਲ੍ਹਦੀ ਆ, ਉਹ ਓਪਨ ਹੁੰਦੇ ਆ ਸਾਰੇ ਹਿਸਾਬ ਦੀ, ਕਿਉਂਕਿ ਇੰਨੀ ਇੰਨਾ ਜ਼ਿਆਦਾ ਉੱਥੇ ਪ੍ਰੈਸ਼ਰ ਪੈ ਜਾਂਦਾ ਕਿ ਉਹ ਸਾਈਡ ਬਲੋਕ ਹੀ ਹੋ ਜਾਂਦੀ ਕਈ ਵਾਰੀ, ਮਤਲਬ ਕਿ ਹੈਂਗ ਹੋਣ ਲੱਗ ਪੈਂਦੀ ਸਾਈਡ 'ਤੇ ਪੇਪਰ, ਕਈਆਂ ਤੋਂ ਭਰੇ ਨਹੀਂ ਜਾਂਦੇ, ਕਈ ਭਰ ਜਾਂਦੇ ਆ, ਕਈਆਂ ਕੋਲ ਭਰੇ ਨਹੀਂ ਜਾਂਦੇ। ਇਸ ਕਰਕੇ ਸਰਕਾਰ ਇਸ 'ਤੇ ਵੀ ਕੰਮ ਕਰ ਰਹੀ ਹੈ ਕਿ ਕਲਿੱਕ ਡੇਟ ਵਾਲਾ ਕੰਮ ਖਤਮ ਕੀਤਾ ਜਾਵੇ, ਤਾਂ ਜੋ ਜਿਹੜੇ ਪੇਪਰ ਵਾ ਉਹ ਨੋਰਮਲ ਤਰੀਕੇ ਨਾਲ ਸਾਰੇ ਵੀਰਾਂ ਭਰਾਵਾਂ ਪੇਪਰ ਜਿਹੜੇ ਆ ਭਰ ਸਕਣ, ਜਿਨ੍ਹਾਂ ਜਿਨ੍ਹਾਂ ਨੇ ਆਉਣਾ ਵਾ ਇੱਥੇ ਇਟਲੀ, ਜਿੰਨਾ ਕੋਟਾ ਮਤਲਬ ਕਿ ਆਪਾਂ ਕਹਿ ਲਈਏ ਕਿ ਜਿੰਨੇ ਬੰਦਿਆਂ ਦੀ ਲੋੜ ਵਾ ਇੱਥੇ ਇਟਲੀ ਵਿੱਚ। ਬਾਕੀ ਵੇਖਦੇ ਹਾਂ ਕਿ ਸਰਕਾਰ ਵੱਲੋਂ ਨਵੇਂ ਫੈਸਲੇ ਆਉਂਦੇ ਆ, ਮੀਟਿੰਗ ਤਾਂ ਹੋਈ ਆ ਪਰ ਹਾਲੇ ਕੋਈ ਉਹਨਾਂ ਵੱਲੋਂ ਜਵਾਬ ਨਹੀਂ ਮਿਲਿਆ, ਜਵਾਬ ਆਉਣ ਵਾਲੇ ਸਮੇਂ 'ਚ ਮਿਲੂਗਾ। ਵੇਖਦੇ ਹਾਂ ਕਿਹੜੇ ਕਿਹੜੇ ਬਦਲਾਵ ਹੁੰਦੇ ਆ ਫਲੂਸੀ ਵਿੱਚ, ਨਵੇਂ ਵਿੱਚ ਬਦਲਾਵ ਹੋਣਗੇ ਜ਼ਿਆਦਾ ਵਧੀਆ ਰਹੂਗਾ, ਕਿਉਂਕਿ ਬੜੇ ਵੀਰ ਭਰਾ ਪਰੇਸ਼ਾਨ ਹੋਏ ਇਸ ਵਾਰ ਵੀ। ਮੇਰੇ ਹਿਸਾਬ ਨਾਲ ਤਾਂ VFS ਵਾਲਿਆਂ ਨੂੰ ਵੀ ਬਦਲਾਵ ਕਰਨੇ ਚਾਹੀਦੇ ਆ, ਜਿਵੇਂ ਤੁਹਾਨੂੰ ਪਤਾ ਨੋਰਮਲੀ ਗੱਲ ਇਸ ਵਾਰ ਕਿੰਨੇ ਵੀਰਾਂ ਭਰਾਵਾਂ ਨੂੰ ਲਿਆਉਸ 'ਚ ਨਿਕਲੇ ਆ, ਪੈਸੇ ਵੀ ਲੋਕ ਦੇ ਚੁੱਕੇ ਆ ਆਪਣੇ ਏਜੰਟਾਂ ਨੂੰ, ਪਰ ਅਪੁਆਇੰਟਮੈਂਟਾਂ ਨਹੀਂ ਮਿਲੀਆਂ, ਅਪੁਆਇੰਟਮੈਂਟ ਰਿਜੈਕਸ਼ਨ ਆ ਗਈ, ਇੱਦਾਂ ਉੱਦਾਂ ਆ ਗਈਆਂ, ਜਿਸ ਕਰਕੇ ਵੀਰ ਭਰਾ ਬਾਅਦ ਵਿੱਚ ਬਹੁਤ ਪਰੇਸ਼ਾਨ ਹੋਏ ਆ। ਇਹ ਵਾਲਾ ਕੰਮ ਮੇਰੇ ਹਿਸਾਬ ਨਾਲ ਤਾਂ ਅਗਲੇ ਸਾਲ VFS ਵਾਲਾ ਕੰਮ ਵੀ ਚੇਂਜ ਹੋਊਗਾ, ਜਿਸ ਨਾਲ ਜਿਹੜੇ ਵੀਰ ਭਰਾ ਔਖੇ ਹੁੰਦੇ ਆ ਉਹ ਵੀ ਚੇਂਜ ਹੋਣਗੇ, ਅਤੇ ਕੋਟੇ ਵਾਲਾ ਕੰਮ ਵੀ ਚੇਂਜ ਕੀਤਾ ਜਾਊਗਾ। ਇਹ ਵੇਖਦੇ ਹਾਂ ਸਰਕਾਰ ਵੱਲੋਂ ਕਿਹੜੀਆਂ ਕਿਹੜੀਆਂ ਨਵੀਆਂ ਅਪਡੇਟ ਆਉਂਦੀਆਂ ਵਾ। ਬਾਕੀ ਜਿਹੜੇ ਪੇਪਰ ਨਿਕਲਣ ਦਾ ਜਿਹੜਾ ਆਪਾਂ ਪੇਪਰ ਖੁੱਲ੍ਹਣ ਦਾ ਅੰਦਾਜ਼ਾ ਜਿਹੜਾ ਲਾਇਆ ਜਾ ਰਿਹਾ ਵਾ ਉਹ ਹੈਗਾ ਵਾ ਫਰਵਰੀ ਦੇ ਵਿੱਚ 2025 ਵਿੱਚ। ਬਾਕੀ ਜਦੋਂ ਕੋਈ ਅਪਡੇਟ ਆਊਗੀ ਇਹਦੇ ਵੱਲੋਂ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਜ਼ਰੂਰ ਦੱਸ ਦੇਵਾਂਗੇ। ਅਤੇ ਇਸ ਵੀਡੀਓ ਸਿਰਫ ਇੰਨਾ ਹੀ, ਮਿਲਦੇ ਹਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ। ਉਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਅਤੇ ਟੇਕ ਕੇਅਰ ਜੀ।